ਤੁਸੀਂ ਕੋਈ ਕੰਮ ਵੀ ਕਰਦੇ ਹੋ ਜਾਂ ਖੇਤੀਬਾੜੀ ਕਰਦੇ ਹੋ? ਨਹੀਂ, ਮੈਂ ਕਬੱਡੀ ਖੇਡਦਾ, ਮੇਰੀ ਫੈਮਿਲੀ ਖੇਤੀਬਾੜੀ ਕਰਦੀ। ਕਿੰਨੇ ਚਿਰ ਤੋਂ ਕਬੱਡੀ ਖੇਡਦੇ ਹੋ ਤੁਸੀਂ? ਮੈਂ 8 ਸਾਲ ਲੱਗੇ ਜੀ, ਪਿਛਲੇ ਸਾਲ ਤੋਂ ਲੱਗੇ। ਮੇਰੇ ਮੁਹਾੜੇ ਪੈਣ ਦੇ ਨਹੀਂ ਮਰ ਗਏ। ਕੀ ਨਾਮ ਹੈ ਜੀ ਉਹਨਾਂ ਦੇ? ਪਵਣੇ ਹੁਣੀ ਆਈ ਇਹਦੇ ਵਿੱਚ, ਧੌਂਕਿਆਂ ਧੌਂਕਿਆਂ ਦਿੰਦੇ ਰਹੇ ਪਵਣਾ ਹੁਣੇ। ਆਹ ਤੇ ਪਵਣਾ ਅਤੇ ਇੱਕ ਹੈਗਾ ਜੀ ਆਹ ਗੋਰੇ ਪਾਰਮ ਵਾਲਾ ਜੀ, ਮੈਨੂੰ ਬਾਕੀ ਕਹਿੰਦੇ ਨਾਂ ਨਹੀਂ ਯਾਦ, ਮੇਰੀ ਤਬੀਅਤ ਨਹੀਂ ਠੀਕ ਹੈ ਜੀ ਪੂਰੀ। ਕਿੱਧਰ ਬੱਗਾ ਮੁੰਡਾ ਕੀ ਰੌਲਾ ਉੱਥੇ ਪਿਆ ਸੀ? ਕੌਣ ਲੋਕ ਸੀ, ਕਿਉਂ ਮਾਰਨ ਲਈ ਆਏ, ਕੀ ਕੀ ਸੀ ਉਹਨਾਂ ਕੋਲ? ਕੀਤਾ ਸੀਗਾ ਜੀ, ਅਸੀਂ ਵਿਆਹ 'ਤੇ ਗਏ ਸੀਗੇ ਜੀ, ਵਿਆਹ 'ਤੇ ਮੈਂ ਮੇਰੇ ਫਰੈਂਡ ਵੀ ਮੇਰੇ ਨਾਲ ਹੀ ਸੀਗੇ ਜੀ, ਅਤੇ ਮੈਂ ਬਾਹਰ ਸੀਗੇ, ਮੇਰੇ ਫਰੈਂਡ ਦੇ ਗਲ ਗੁਲ ਪਏ, ਹੱਥੋਂ ਪਾਈ ਹੋਏ ਜੀ ਇਹ। ਠੀਕ ਹੈ ਜੀ। ਮੈਂ ਜੋ ਪਤਾ ਲੱਗਿਆ ਮੈਨੂੰ ਛਡਾਉਣ ਵਾਸਤੇ ਆਏ ਜੀ। ਜਦੋਂ ਮੈਂ ਇਹਨੂੰ ਛਡਾਇਆ ਮੈਨੂੰ ਵੀ ਧੱਕੇ ਧੁੱਕੇ ਮਾਰੇ ਇਹਨਾਂ ਨੇ, ਤੇ ਉੱਥੋਂ ਮੇਰੇ ਮੇਰੇ ਗੱਲ ਪਏ, ਸਾਰਾ ਵਿਆਹ ਮੇਰੇ ਗੱਲ ਪਿਆ ਜੀ। ਠੀਕ ਹੈ। ਫਿਰ ਇਹਨਾਂ ਨੇ ਮੈਨੂੰ ਕਿਤੇ ਧੋਕਿਆ ਤਾਂ ਕਿਤੇ ਤੂੰ ਘਰੇ ਨਹੀਂ ਪਹੁੰਚਣ ਦੇਣਾ ਜਦੋਂ ਜੇ ਆ ਉਹ ਆ। ਠੀਕ ਹੈ। ਉੱਥੋਂ ਮੈਨੂੰ ਪਿੰਡ ਦੇ ਸਿਆਣੇ ਬੰਦੇ ਨੇ ਕਿਹਾ, ਉਹਨਾਂ ਦੇ ਆਖੇ ਲਾ ਕੇ ਅਸੀਂ ਆ ਗਏ, ਅਤੇ ਮੇਰੇ ਫਰੈਂਡ ਮੈਨੂੰ ਸੱਜਣ ਮਿੱਤਰ ਛੱਡਣ ਆ ਗਏ ਪਿੰਡ। ਠੀਕ ਹੈ। ਜਿਨ੍ਹਾਂ ਦੇ ਗੱਲ ਪਏ ਸੀ ਉਹੀ ਛੱਡਣ ਆਏ ਜੀ ਮੈਨੂੰ। ਠੀਕ ਹੈ। ਉਦੋਂ ਬਾਅਦ ਜਦੋਂ ਪਿੰਡ ਆਏ ਹਾਂ ਜੀ ਅਸੀਂ, ਇਹਨਾਂ ਨੇ ਸਾਨੂੰ ਵਗਾਰਾ ਪੰਗਾ ਸਾਦੇ ਰਹੇ, ਇੱਥੇ ਆ ਜਾਓ, ਉੱਥੇ ਸਾਨੂੰ ਇਹਨਾਂ ਨੇ ਸੱਦਿਆ ਜੀ। ਮੈਂ ਅਤੇ ਮੇਰਾ ਦਾਦਾ ਜੀ, ਮੇਰੀ ਫੈਮਿਲੀ ਸੀ, ਮੈਂ ਅਤੇ ਮੇਰੇ ਦਾਦਾ ਜੀ ਫੈਮਿਲੀ ਜੀ ਮੇਰੇ ਨਾਲ ਸੀਗੇ, ਮੇਰੇ ਫਰੈਂਡ ਵੀ ਨਾਲ ਹੀ ਸੀ ਉਹ ਛੱਡਣ ਆਏ। ਜਦੋਂ ਜਿੱਥੇ ਇਹਨਾਂ ਨੇ ਸੱਦਿਆ ਜਦੋਂ ਅਸੀਂ ਉੱਥੇ ਗਏ ਜੀ, ਇਹਨਾਂ ਨੇ ਜਾਂਦੇ ਸਾਰੀ ਫਾਇਰਿੰਗ ਸ਼ੁਰੂ ਕਰਤੀ ਜੀ। ਕੌਣ ਲੋਕ ਸੀ ਫਾਇਰਿੰਗ ਕਰਨ ਵਾਲੇ? ਕਿੰਨੇ ਜਾਣੇ? ਅਣਪਛਾਤੇ ਹੀ ਸੀ, 20-25 ਜਾਣੇ ਸੀਗੇ ਜੀ, ਵਿੱਚ ਪਵਣੇ ਹੋਣੀ ਸੀਗੇ। ਸਾਰਿਆਂ ਕੋਲ ਅਸਲਾ ਸੀ? ਨਹੀਂ ਸਰ, ਮੈਨੂੰ ਇਹ ਨਹੀਂ ਪਤਾ ਜੀ, ਪਤਾ ਜਿੰਨਾ ਕੁ ਮੈਨੂੰ ਪਤਾ ਦੱਸਤਾ ਸੀ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਜਾਂਦੇ ਉਹਨੂੰ। ਠੀਕ ਹੈ। ਹੋਟਲ 'ਚ ਹੋਇਆ ਪਹਿਲਾਂ, ਹੋਟਲ 'ਚੋਂ ਉਹ ਮੁੰਡਾ ਹਟਾਉਣ ਲੱਗਾ, ਹੈਂ ਉਹ ਮੁੰਡੇ ਦੇ ਗੱਲ ਪੈ ਗਏ ਮੁੜ ਕੇ, ਹੈਂ ਇੱਕ ਹੈਗਾ ਉਹਦਾ ਗੋਰੇ ਦਾ ਮੁੰਡਾ, ਇੱਕ ਪਪਲਾ, ਇੱਕ ਦੂਜਾ ਹੋਰ, ਉਹਦਾ ਮੈਂ ਨਾਂ ਨਹੀਂ ਜਾਣਦਾ ਹੈਗਾ ਕਿਹੜਾ ਉਹ। ਕਿਰਪਾਨਾਂ ਵੱਜੀਆਂ ਜੀ, ਮੈਂ ਮੁੰਡੇ ਨੂੰ ਛਡਾਉਣ ਉੱਠ ਗਿਆ ਉੱਥੇ ਨਾਲ ਹੀ। ਕਿੰਨੇ ਜਾਣੇ ਸੀਗੇ ਜੀ? ਉਹ ਸੀਗੇ ਮੈਂ 30-25 ਜਾਣੇ ਸੀਗੇ। ਸੁਣਿਆ ਚ ਆਇਆ ਉੱਥੇ ਫਾਇਰਿੰਗ ਵੀ ਹੋਈ? ਹਾਂਜੀ, ਫਾਇਰਿੰਗ ਦੋ ਫਾਇਰ ਕੀਤੇ ਉਹਨਾਂ ਨੇ। ਤੇ ਤੁਹਾਡੇ ਕੀ ਮਾਰਿਆ ਉਹਨਾਂ ਨੇ? ਕਿਰਪਾਨਾਂ ਪਾਣਾ ਮਾਰੀਆਂ ਜੀ ਪੂਰੀਆਂ, ਉਹਨਾਂ ਦਾ ਮਾਰਦਾ ਤਾਂ ਆਇਆ ਸੀ, ਮਾਰ ਕੇ ਜਾਵਾਂਗੇ ਜੀ। ਮੈਰਿਜ ਸੀ ਮੇਰੇ ਬ੍ਰਦਰ ਦੀ, ਚਾਚੇ ਦੇ ਲੜਕੇ ਦੀ, ਅਤੇ ਉੱਥੇ ਅਸੀਂ ਗਏ ਚੜੈਕ ਵਿਆਹ ਦੇ ਉੱਤੇ, ਅਤੇ ਮੁੰਡੇ ਨਾਲ ਬਿਨਾਂ ਬੁਲਾਏ ਆਏ ਸੀ, ਅਤੇ ਉੱਥੇ ਸਾਡੇ ਜਿਵੇਂ ਘਰੇਲੂ ਕੁੜੀਆਂ ਅਤੇ ਸਾਡੇ ਮੁੰਡੇ ਮਾਡੇ ਨੱਚਦੇ ਸੀ, ਉਹਨਾਂ ਦੇ ਵਿੱਚ ਜਾ ਕੇ ਧੱਕੇ ਨਾਲ ਨੱਚਦੇ ਸੀਗੇ, ਤਾਂ ਅਸੀਂ ਰੋਕਿਆ ਰੱਖਿਆ ਅਤੇ ਸਾਡੇ ਵਾਲੇ ਕੁਰਸੀਆਂ ਕੁਰਸੀਆਂ ਉਹਨਾਂ ਨੇ ਮਾਰੀਆਂ, ਉੱਥੋਂ ਸਮਝਾ ਸਮਝੂ ਕੇ ਜਾਣੀ ਕਿ ਵੱਡੇ ਬੰਦਿਆਂ ਨੇ ਘਰੇ ਇਹਨਾਂ ਨੂੰ ਵਾਪਸ ਭੇਜਦਾ ਪਿੰਡ ਪੁੰਡ ਜਿੱਥੋਂ ਦੇ ਵੀ ਸੀਗੇ, ਅਤੇ ਜਦੋਂ ਪਿੰਡ ਆਏ ਅਸੀਂ, ਸਾਨੂੰ ਅੱਧਾ ਪੌਣਾ ਘੰਟਾ ਪਹਿਲਾਂ ਹੀ ਫੋਨ ਆਉਣ ਲੱਗ ਗਏ ਵੀ ਦੂਜਾ ਅਸੀਂ ਤੁਹਾਡੇ ਗੱਲ ਪੈਣਾ ਜਾ ਕਰਨਾ, ਅਸੀਂ ਫਿਰ ਵੀ ਘਰੇ ਜਾ ਕੇ ਆਪਦਾ ਡੀਜਿਆਂ ਇੰਜੋਏ ਕਰ ਲੱਗੇ, ਫਿਰ ਸਾਡੇ ਗੇਟਾਂ ਮੂਹਰੇ ਆ ਕੇ ਗੇਟ ਗੁੱਟ ਭੰਨੇ ਦੇਣਾ, ਮੋਟਰਸਾਈਕਲਾਂ ਦੀਆਂ ਬੁਲਟਾਂ ਬਲਟ ਦੀਆਂ ਰੇਸਾਂ ਦੇ ਕੇ ਪਟਾਕੇ ਪਟੂਕੇ ਮਰਾਉਂਦੇ। ਜਦੋਂ ਸਾਡੇ ਚਾਚਾ ਜੀ ਬਾਹਰ ਨਿਕਲੇ ਉਹਨਾਂ ਨਾਲ ਫੈਰ ਮਾਰੇ ਇਹਨਾਂ ਨੇ, ਪਹਿਲਾਂ ਪਤਾ 2-3 ਪੈਰਾਂ 'ਚ ਫੈਰ ਮਾਰੇ ਜੀ, ਬਾਅਦ 'ਚ ਹਵਾਈ ਫੈਰ ਮਾਰੇ, ਫਿਰ ਸਾਡੀ ਮਾੜੀ ਝਾਵਟ ਝੁਟ ਹੋਈ, ਅਤੇ ਉਹਨਾਂ ਕੋਲ ਕਿਰਪਾਨਾਂ ਸੀਗੀਆਂ, ਡਾਂਗਾਂ ਸੀਗੀਆਂ, ਮੇਰੇ ਇੱਥੇ ਕਿਰਪਾਨ ਵੀ ਮਾਰੀ, ਇੱਥੇ ਡਾਂਗਾਂ ਵੀ ਮਾਰੀਆਂ, ਮੇਰੇ ਇੱਥੇ ਢੂਈ 'ਤੇ ਵੀ ਸੱਟਾਂ, ਅਤੇ ਉਹ ਮੁੰਡੇ 'ਤੇ ਵੀ ਮਾਰੀਆਂ ਜੀ। ਇਹ ਜੀ ਰਾਤ ਮੈਰਿਜ ਪੈਲਸ 'ਚ ਬਰਾਤ ਗਈ ਸੀ, ਅਤੇ ਉੱਥੇ ਉਹਨਾਂ ਦਾ ਝਗੜਾ ਆਇਆ ਸੀ, ਉਸ ਤੋਂ ਬਾਅਦ 'ਚ ਪਿੰਡ ਲੋਹਗੜ੍ਹ ਆ ਗਏ। ਲੋਹਗੜ੍ਹ ਆਉਣ ਤੋਂ ਬਾਅਦ ਜਸਪਾਲ ਸਿੰਘ ਦੇ ਭਤੀਜੇ ਦਾ ਵਿਆਹ ਸੀ ਹਰਵਿੰਦਰ ਸਿੰਘ ਦਾ, ਉਹ ਆਪਦੇ ਘਰ ਬੈਠੇ ਸੀ, ਅਤੇ ਦੂਸਰੀ ਪਾਰਟੀ ਸੁੱਖਾ ਸਿੰਘ, ਜੋਧਾ ਸਿੰਘ ਵਗੈਰਾ, ਉਹ ਆ ਕੇ ਅਤੇ ਉਹਨਾਂ ਦੇ ਉਹਦੇ ਘਰ ਦੇ ਅੱਗੇ ਉਹਨਾਂ ਨੇ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਜਸਪਾਲ ਸਿੰਘ ਦੇ ਪੈਰਾਂ 'ਚ ਫਾਇਰ ਮਾਰੇ, ਅਤੇ ਬਾਕੀ 3 ਬੰਦੇ ਇੱਥੇ ਇੰਜਰਡ ਨੇ, ਉਹਨਾਂ ਦੀ ਕੁੱਟਮਾਰ ਕੀਤੀ। ਅਤੇ ਉਹਨਾਂ ਦੇ ਜਸਪਾਲ ਸਿੰਘ ਦੇ ਬਿਆਨ 'ਤੇ 307, 323, 148, 149 EPC 25, 27, 54, 59 ਆਰਮਜ ਐਕਟ ਤਹਿਤ ਮੁਕੱਦਮਾ ਦਰਜ ਕੀਤਾ, ਅਤੇ ਇੱਥੇ ਆ ਕੇ ਹੁਣ ਹਸਪਤਾਲ 'ਚ ਇਹਨਾਂ ਦੇ ਜੇ ਬਿਆਨ ਹਾਸਲ ਕਰਨੇ ਨੇ, ਤਫਤੀਸ਼ ਜਾਰੀ ਆ, ਬਾਅਦ ਤਫਤੀਸ਼ ਪਤਾ ਲੱਗੂ ਅਸਲੀ ਗੱਲ। ਦੋਨੇ ਧਿਰਾਂ ਦੇ ਜਿਹੜੇ ਹੈਗੇ ਦਾਖਲ ਹੋਏ ਹੈਗੇ? ਆਹ ਦੂਸਰੀ ਧਿਰ ਦਾ ਵੀ ਪਤਾ ਲੱਗਾ, ਬੰਦੇ ਇੰਜਰਡ ਨੇ, ਹੁਣ ਪਤਾ ਲੈਂਦੇ ਹਾਂ ਵੀ ਕੀ ਅਸਲੀਅਤ ਜਿਹੜੀ। ਅਜੇ ਤਾਂ ਆਏ ਹਾਂ ਥਾਣਿਓਂ, ਅਜੇ ਪਤਾ ਲੱਗੂਗਾ, ਉਹਨਾਂ ਦੇ ਬਿਆਨ ਹਾਸਲ ਕਰਕੇ ਅਗਲੀ ਕਾਰਵਾਈ ਪਤਾ ਲੱਗੂਗਾ। ਹਥਿਆਰ ਕੋਈ ਬਰਾਮਦ ਕੀਤਾ ਗਿਆ? ਕੁਛ ਨਹੀਂ ਅਜੇ, ਨਾ ਕੋਈ ਦੋਸ਼ੀ ਗ੍ਰਿਫਤਾਰ ਹੋਇਆ, ਨਾ ਹਥਿਆਰ। ਦੂਸਰੀ ਪਾਰਟੀ ਵੀ ਇੱਥੇ ਪਤਾ ਲੱਗਾ ਦਾਖਲ ਆ, ਅਜੇ ਬਿਆਨ ਕਲਮਬੰਦ ਕਰਦੇ ਹਾਂ, ਸਾਰੀ ਅਸਲੀਅਤ ਦਾ ਪਤਾ ਲਗਾ ਰਹੇ ਹਾਂ।